ਦਾ ਨਾਮ ਮਨਦੀਪ ਸਿੰਘ, ਪਿੰਡ ਪੱਲਾ, ਜ਼ਿਲ੍ਹਾ ਅੰਮ੍ਰਿਤਸਰ ਹੈ। ਸਰਪੰਚ ਸਾਹਿਬ ਕਿਹੜੇ ਕਿਹੜੇ ਆਪਣੇ ਕੰਮ ਕਰਾਓਗੇ 5 ਸਾਲ ਦੇ ਵਿੱਚ? ਦੇਖੋ ਜੀ, ਆਪਾਂ ਲੈ ਕੇ ਕੰਮ ਨੂੰ ਕਰੀਏ ਤਾਂ ਪਿੰਡ ਦੀਆਂ ਗਲੀਆਂ ਨਾਲੀਆਂ ਸਾਰੀਆਂ ਬਣਨ ਵਾਲੀਆਂ ਵਾ। ਗਰਾਊਂਡ ਦਾ ਕੰਮ ਹੋਣ ਵਾਲਾ, ਆਪਣੇ ਸ਼ਮਸ਼ਾਨ ਘਾਟ ਦਾ ਕੰਮ ਚੱਲਣ ਵਾਲਾ ਸਾਰਾ ਹੀ, ਬਾਕੀ ਡੇਰਿਆਂ ਦੇ ਰਸਤੇ ਤਕਰੀਬਨ ਸਾਰੇ ਬਣਨ ਵਾਲੇ ਆ। ਆਪਣੀ ਇਹ ਸੋਚ ਆ ਕਿ ਜੋ ਵੀ ਸਰਕਾਰ ਵੱਲੋਂ ਮਿਲਦਾ ਕੋਈ ਆਪਣੇ ਕੋਲ ਪਾ ਕੇ ਤਾਂ ਆਪਾਂ ਪਿੰਡ ਦੇ ਰਹਿੰਦੇ ਕੰਮ ਸਾਰੇ ਸੰਪੂਰਨ ਕਰਾਈਏ। ਨੌਜਵਾਨ ਪੀੜ੍ਹੀ ਨੂੰ ਕੀ ਆਪਾਂ ਸੇਧ ਦੇਣਾ ਨਸ਼ੇ ਪੱਤੇ? ਨੌਜਵਾਨ ਪੀੜ੍ਹੀ ਨੂੰ ਆਪਾਂ ਗੇਮਾਂ ਦੇ ਵਿੱਚ ਲਾਈਏ, ਆਪਾਂ ਗਰਾਊਂਡ ਦਾ ਸੁਧਾਰ ਕਰਨ ਲੱਗੇ ਹਾਂ ਤਾਂ ਜੋ ਨੌਜਵਾਨ ਜਿਹੜੇ ਵਿਹਲੇ ਟਾਈਮ ਦੇ ਵਿੱਚ ਆ ਆਪਣੇ ਗਰਾਊਂਡ ਦੇ ਵਿੱਚ ਖੇਡਣ, ਅਤੇ ਤਾਂ ਜੋ ਨਸ਼ਿਆਂ ਤੋਂ ਸਾਈਡ 'ਤੇ ਹੋ ਕੇ ਆਪਣਾ ਟਾਈਮ ਬਤੀਤ ਕਰਨ। ਸਾਡੇ ਇਲਾਕੇ ਦੇ ਜਿਹੜੇ ਕੈਂਡੀਡੇਟ ਹੈ ਜਿੱਦਾਂ ਕਿ ਐਮ ਪੀ ਮਿਸਟਰ ਡਿੰਪਲ ਸਾਹਿਬ, ਇਹ ਕਿੰਨੀ ਕੁ ਬੋਰਡ ਦੇ ਨਾਲ ਤੁਹਾਡੇ ਵੱਲੋਂ ਲੀਡ ਕੀਤਾ? ਸਾਡੇ ਪਿੰਡ ਤੋਂ ਤਕਰੀਬਨ ਇਹਨਾਂ ਨੇ 200-250 ਦੀ ਲੀਡ ਵੱਧ ਲੈ ਕੇ ਗਏ ਆ। ਹੁਣ ਐਮ ਪੀ ਸਾਹਿਬ ਬਣ ਗਏ, ਹੁਣ ਤੁਸੀਂ ਇਹਨਾਂ ਤੋਂ ਕੁਛ ਮੰਗ ਕਰੋਗੇ ਆਪਣੇ ਪਿੰਡ ਦੇ ਵਿਕਾਸ ਪ੍ਰਤੀ? ਹਾਂਜੀ, ਜ਼ਰੂਰ ਕਰਾਂਗੇ ਤਾਂ ਜੋ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨ, ਕਿਉਂਕਿ ਐਮ ਪੀ ਸਾਹਿਬ ਉਹ ਤਕਰੀਬਨ ਆਪਣੇ ਪਿੰਡਾਂ ਦੇ ਆਪਣੇ ਤਕਰੀਬਨ ਜਿੰਨੇ ਉਹਨਾਂ ਦੇ ਹਲਕੇ ਪੈਂਦੇ ਆ, ਸਾਨੂੰ ਇੰਨਾ ਮਾਣ ਆ ਕਿ ਉਹ ਤਕਰੀਬਨ ਸਾਰਿਆਂ ਹਲਕਿਆਂ ਦੇ ਵਿੱਚ ਸਾਰਿਆਂ ਸਰਪੰਚਾਂ ਦਾ ਸਾਥ ਦੇਣਗੇ। ਕਿੰਨੀ ਵੋਟਾਂ ਤੋਂ ਵੀ ਜਿੱਤ ਕੀਤੀ? ਅਸੀਂ ਤਕਰੀਬਨ 22 ਵੋਟ 'ਤੇ ਜਿੱਤ ਕੀਤੀ। ਤੁਹਾਡੇ ਆਪੋਜਿਟ ਕੌਣ ਖੜੇ? ਮੇਰੇ ਆਪੋਜਿਟ ਅਕਾਲੀ ਪਾਰਟੀ ਤੋਂ ਸਰਦਾਰ ਸਕੱਤਰ ਸਿੰਘ ਬਣੇ ਖੜ੍ਹੇ ਸੀਗੇ, ਅਤੇ ਆਮ ਆਦਮੀ ਵੱਲੋਂ ਵੀ ਬਲਜੀਤ ਕੌਰ ਖੜ੍ਹੇ ਸੀਗੇ, ਮੈਂ ਕਾਂਗਰਸ ਵੱਲੋਂ ਖੜ੍ਹਾ ਸੀਗਾ। ਸਾਡੇ ਪਿੰਡ ਤਿੰਨੋਂ ਹੀ ਬੂਥ ਬਰਕਰਾਰ ਹੈ ਜਾਂ ਕੋਈ ਬੂਥ ਨਹੀਂ ਲੱਗਾ? ਸਾਡੇ ਪਿੰਡ ਇੱਕ ਬੂਥ ਸੀ ਜੋ 83 ਨੰਬਰ ਆ, ਇੱਕ ਬੂਥ ਲੱਗਾ ਸੀਗਾ। ਕੂੜਾ ਕਰਕਟ ਜਿਵੇਂ ਕਿ ਪਿੰਡਾਂ 'ਚ ਸਿੱਟਣ ਦਾ ਕੋਈ ਇੰਤਜ਼ਾਮ ਨਹੀਂ, ਤੁਸੀਂ ਕੋਈ ਇੰਤਜ਼ਾਮ ਕਰ ਰਹੇ ਹੋ? ਹਾਂਜੀ, ਅਸੀਂ ਇਹ ਚਾਹੁੰਦੇ ਹਾਂ ਕਿ ਸਾਈਡ ਦੇ ਉੱਤੇ ਤਾਂ ਜੋ ਇੱਕ ਸ਼ਾਮਰਾਡ ਜਗ੍ਹਾ ਪਈ ਆ ਉਹਦੇ ਵਿੱਚ ਪਿੰਡ ਵਾਲਾ ਸੱਪੜਾ ਸਾਫ਼ ਕਰਾ ਕੇ ਇੱਕ ਸਾਈਡ 'ਤੇ ਜਿਹੜਾ ਛੱਪੜ ਆ ਉੱਥੇ ਜਿਹੜਾ ਆਪਣਾ ਰੂੜੀਆਂ ਰਾੜੀਆਂ ਦਾ ਸਿਸਟਮ ਆ ਸਾਰਾ ਇੱਕ ਸਾਈਡ 'ਤੇ ਕੀਤਾ ਜਾਵੇ। ਅਸੀਂ ਇਹਦਾ ਤਕਰੀਬਨ ਗਰੀਬਾਂ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਹਾਂ। ਅਸੀਂ ਤਕਰੀਬਨ ਇਹ ਕਹਿੰਦੇ ਹਾਂ ਕਿ ਜਿੰਨੇ ਵੀ ਸਾਰੇ ਗਰੀਬ ਲੋਕ ਆ ਸਾਰਿਆਂ ਨੂੰ ਦਿੱਤਾ ਜਾਵੇ, ਅਤੇ ਐੱਮ ਐੱਲ ਏ ਸਾਹਿਬ ਕਹਿੰਦੇ ਵੀ ਨੇ ਸਾਥ ਹੀ ਦੇਣਗੇ ਸਾਡਾ ਗਰੀਬਾਂ ਨੂੰ ਪਲਾਟ ਦੇਣ ਦਾ। ਆਪਣੇ ਦੇਸ਼, ਆਪਣੇ ਸਮਾਜ, ਆਪਣੇ ਪਿੰਡ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਆਪਣੇ ਪਿੰਡ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਾਂ ਜੋ ਵੀ ਬੱਚੇ ਗਰਾਊਂਡ ਦੇ ਵਿੱਚ ਵਿਹਲਾ ਟਾਈਮ ਉਹ ਗਰਾਊਂਡ ਵਿੱਚ ਖੇਡਣ, ਨਸ਼ਿਆਂ ਤੋਂ ਬਚਣ, ਅਤੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਪਣੇ ਪਿੰਡ ਨੂੰ ਅੱਗੇ ਵਧਾਈਏ ਜੋ ਕਿ ਪਿਛੜਿਆ ਹੋਇਆ, ਬਾਕੀ ਦੂਜਿਆਂ ਦੇ ਨਾਲੋਂ ਅੱਗੇ ਤੋਰੀਏ। ਆਪਣੇ ਪਿੰਡ ਕੋਲ ਐਨ ਆਰ ਆਈ ਸਹਿਯੋਗ ਹੈ ਨਾ? ਸਾਡੇ ਤਕਰੀਬਨ ਹੁਣ ਅੱਗੇ ਨੂੰ ਗਾਂਹ ਨੂੰ ਵੀਰ ਕਾਫੀ ਸਾਥ ਦਿੰਦੇ ਆ ਗਾਂਹ ਵਾਸਤੇ, ਪਿੱਛੇ ਜੋ ਦਿੱਤਾ ਉਹਦੇ ਬਾਰੇ ਆਪਾਂ ਕੋਈ ਕਹਿ ਨਹੀਂ ਸਕਦੇ। ਗਾਂਹ ਵਾਸਤੇ ਵੇਖੋ ਆਪਾਂ ਇਹਨਾਂ ਦੇ ਵੀਰਾਂ ਦਾ ਸਹਿਯੋਗ ਵੀ ਲਵਾਂਗੇ।